ਤੇ ਸਰਕਾਰ ਆਪਣੇ ਮੰਤਰੀਆਂ ਨੂੰ ਖੁਸ਼ ਕਰਨ ਦੇ ਲਈ ਅਹੁਦਿਆਂ ਦੀ ਵਾਟ ਕਰ ਰਹੀ ਹੈ, ਜਦਕਿ ਅਸੀਂ ਇਸ ਸੰਬੰਧੀ ਮੰਗ ਪੱਤਰ ਵੀ ਸਪੀਕਰ ਨੂੰ ਸੌਂਪ ਚੁੱਕੇ ਹਾਂ। ਇਹ ਕਹਿਣਾ ਪਰਮਿੰਦਰ ਢੀਂਡਸਾ ਦਾ, ਜੋ ਕਿ ਸੰਗਰੂਰ ਦੇ ਵਿੱਚ ਇੱਕ ਪ੍ਰਾਈਵੇਟ ਆਈਲੈਟਸ ਸੈਂਟਰ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਇਹਨਾਂ ਕਿਹਾ ਕਿ ਸੰਵਿਧਾਨ ਅਨੁਸਾਰ ਕੁੱਲ ਗਿਣਤੀ ਦਾ 15% ਮੰਤਰੀ ਬਣ ਸਕਦੇ ਨੇ, ਪਰ ਸਰਕਾਰ ਨੇ ਇਹ ਉਲੰਘਣਾ ਕੀਤੀ ਹੈ। ਬਲੈਕਸਟੋਨ ਗਰੁੱਪ ਵੱਲੋਂ ਅਤੇ ਸਾਡੇ ਛੋਟੇ ਭਰਾ ਨੇ ਗੁਨਿੰਦਰਜੀਤ ਸਿੰਘ ਜਵੰਦਾ, ਇਹਨਾਂ ਨੇ ਇਹ ਨਵਾਂ ਇੰਸਟੀਟਿਊਟ ਸ਼ੁਰੂ ਕੀਤਾ, ਜਿਹਦੇ ਵਿੱਚ ਇਹਨਾਂ ਨੇ ਨੌਜਵਾਨਾਂ ਲਈ ਕੰਪਲੀਟ ਪੈਕੇਜ, ਕਿਉਂਕਿ ਖੁਦ ਬਹੁਤ ਨਾਮਵਾਰ ਵਿੱਦਿਅਕ ਅਦਾਰਾ ਇੱਥੇ ਚਲਾ ਰਹੇ ਨੇ ਭਾਈ ਗੁਰਦਾਸ ਇੰਸਟੀਟਿਊਸ਼ਨ, ਅਤੇ ਹੁਣ ਆਈਲੈਟ ਸੈਂਟਰ ਅਤੇ ਹੋਰ PTE ਸੈਂਟਰ ਸਾਰੇ ਇਹਨਾਂ ਨੇ ਇੱਥੇ ਸ਼ੁਰੂ ਕੀਤਾ। ਮੈਂ ਤਾਂ ਇਹਨਾਂ ਨੂੰ ਜਿੱਥੇ ਸ਼ੁਭਕਾਮਨਾਵਾਂ ਦਿੰਦਾ।